ਉਦੋਂ ਗਾਣੇ ਚੱਲਦੇ ਹੁੰਦੇ ਨੇ ਵੀ ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਜੇ ਤਾਂ ਫੋਟੋਆਂ ਕਰਾਉਣ ਨੂੰ ਕਰੇ। ਪਰ ਸਵੇਰੇ ਜਦੋਂ ਚਾਹ ਮਿਲਦੀ ਹੈ ਨਾ ਉਦੋਂ ਫਿਰ ਸੋਚੀਦਾ ਵੀ ਯਾਰ ਸਾਨੂੰ ਵੀ ਚੂੜੇ ਵਾਲੇ ਹੱਥਾਂ ਨਾਲ ਚਾਹ ਮਿਲੂਗੀ ਤਾਂ ਉਦੋਂ ਨਹੀਂ ਕਹਿ ਰਹੀ ਫਿਰ ਕੁੰਡੀ ਕੱਢ ਕੇ ਦਿਖਾ ਦਿਓ ਤਾਂ ਮੈਂ ਰਾਜਪੁਰ ਤੋਂ ਪਟਿਆਲੇ ਲਈ ਬੱਸ 'ਚ ਚੜਿਆ ਤਾਂ ਉਦੋਂ ਮੇਰੀ ਇੱਕ ਇਮੈਜੀਨੇਸ਼ਨ ਆਈ ਮੈਂ ਕੁਝ ਸੋਚ ਨਹੀਂ ਰਿਹਾ ਸੀ ਮੈਨੂੰ ਇੱਕ ਕੁੜੀ ਦਿਖੀ ਬਸ ਉਹਦੇ ਹੱਥ ਹੱਥ ਦਿਖੇ ਸੀ ਮੈਨੂੰ ਉਹ ਗੋਰੇ ਗੋਰੇ ਹੱਥ ਸੀ ਤਾਂ ਜੋ ਮੈਂ ਅੱਲਾ ਹੀ ਹੈ होके बगीते सवार वे ਪਾਸੇ ਨੱਚ ਕੇ ਕਰਾਂ ਮੈਨੂੰ ਦੇਖ ਰਹੀ ਸੀ ਮੈਂ ਤਾਂ ਹੀ ਚੱਲੀ ਮਾਰਾ
ਜਾਂਦਾ ਨੇ बोलो एक दुपट्टा विद 5 डिफरेंट साइज एक दुपट्टा विद 5 डिफरेंट साइज दुपट्टा आई होप दैट यू आर एंजॉयिंग गाना बोलो चाहते हो ਅਸੀਂ ਦਿਲ ਦੇ ਕੇ ਕਦੇ ਦਿਲ ਨਹੀਂ ਮੰਗਿਆ ਤੂੰ ਸਾਡੇ ਲਈ ਖੁਦਾ ਹੀ ਸੱਜਣਾ
ਇਸ਼ਕ ਦੇ ਰਾਹ ਤੇ ਧੋਖੇ ਮਿਲਦੇ ਸੱਚਾ ਪਿਆਰ ਮਿਲੇ ਹਰ ਵਾਰ ਨੂੰ ਸੱਜਣਾ ਜੇ ਮੈਂ ਵੀ ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖਣਾ ਤਾਂ ਲੱਖ ਲਾਣਤ ਮੇਰੇ ਪਿਆਰ ਸੱਜਣਾ ਹੁਣ ਤੁਹਾਨੂੰ ਪਤਾ ਹੈ ਵੀ ਟੀਨੇਜ ਚੱਲ ਰਹੀ ਹੈ ਨਾ ਹੋਰਮੋਨ ਚੇਂਜ ਹੁੰਦੇ ਆ ਪਰ ਆਪਾਂ ਇਹ ਚੀਜ਼ ਸਮਝਦੇ ਨਹੀਂ ਹੈਗੇ ਆਪਾਂ ਉਹਨੂੰ ਇਸ਼ਕ ਦਾ ਨਾਮ ਦੇ ਦਿੰਦੇ ਹਾਂ ਵੀ ਇਸ਼ਕ ਹੋ ਗਿਆ ਫਲਾਣਾ ਹੋ ਗਿਆ ਤਾਂ ਮੈਂ ਰਾਜਪੁਰ ਤੋਂ ਪਟਿਆਲੇ ਲਈ ਬੱਸ ਚੜਿਆ ਉਦੋਂ ਮੇਰੀ ਇੱਕ ਇਮੈਜੀਨੇਸ਼ਨ ਆਈ ਮੈਂ ਕੁਝ ਸੋਚ ਨਹੀਂ ਰਿਹਾ ਸੀ ਮੈਨੂੰ ਇੱਕ ਕੁੜੀ ਦਿਖੀ ਬਸ ਉਹਦੇ ਹੱਥ ਹੱਥ ਦਿਖੇ ਸੀ ਮੈਨੂੰ ਉਹ ਗੋਰੇ ਗੋਰੇ ਹੱਥ ਸੀ ਉਤਰ ਗਈ ਪਹਿਲਾਂ ਦੋ ਮਿੰਟ ਜਦੋਂ ਮੈਂ ਸੋਚਿਆ ਨਾ ਇਹ ਉਹ ਉਤਰ ਗਈ ਤੇ ਮੈਂ ਉਤਰਨਾ ਸੀ ਤਾਂ ਮੈਂ ਲਿਖਿਆ ਸੀ ਉਹਦੇ ਗੋਰੇ ਗੋਰੇ ਹੱਥ ਜਦੋਂ ਮੇਰੇ ਹੱਥਾਂ ਨਾਲ ਟਕਰਾਏ ਸੀ ਨੈਣ ਉਹਦੇ ਤੇ ਨੈਣ ਮੇਰੇ ਸਾਡੇ ਦੋਵਾਂ ਦੇ ਸ਼ਰਮਾਏ ਕੁਝ ਕਹਿਣਾ ਚਾਹੁੰਦੀ ਸੀ ਉਹ ਮੈਨੂੰ ਤੇ ਮੈਂ ਵੀ ਸੁਣਨਾ ਚਾਹੁੰਦਾ ਸੀ ਕਿ ਨਵੇਂ ਇਸ਼ਕ ਦੀ ਨਵੀਂ ਕਹਾਣੀ ਮੈਂ ਬੱਸ ਵਿੱਚ ਬੁਣਨਾ ਚਾਹੁੰਦਾ ਸੀ ਨਾਲੇ ਉਹਦੇ ਮੈਂ ਕੁਝ ਨਾ ਕੁਝ ਤਾਂ ਕਰਨਾ ਸੀ ਉਹ ਦੋ ਮਿੰਟ ਪਹਿਲਾਂ ਉਤਰ ਗਈ ਮੈਂ ਦੋ ਮਿੰਟ ਬਾਅਦ ਉਤਰਨਾ ਸੀ ਜਦੋਂ ਸਵੇਰੇ ਮੰਮੀ ਚਾਹ ਲੈ ਕੇ ਆਉਂਦੀ ਹੈ ਉਦੋਂ ਗਾਣੇ ਵਾਲੇ ਰਾਤ ਨੂੰ ਸੁਣ ਕੇ ਸੋਈਦਾ ਹੈ ਨਾ ਉਦੋਂ ਗਾਣੇ ਚੱਲਦੇ ਹੁੰਦੇ ਵੀ ਮੇਰਾ ਚੂੜੇ ਵਾਲੀ ਮਾਂ ਤੁਹਾਡੇ ਮੋਢੇ ਰੱਖ ਕੇ ਜਿੱਤ ਫੋਟੋਆਂ ਕਰਾਉਣ ਨੂੰ ਕਰੇ ਤਾਂ ਸਵੇਰੇ ਜਦੋਂ ਚਾਹ ਮਿਲਦੀ ਹੈ ਨਾ ਉਦੋਂ ਫਿਰ ਸੋਚੀਦਾ ਵੀ ਯਾਰ ਸਾਨੂੰ ਵੀ ਚੂੜੇ ਵਾਲੇ ਹੱਥਾਂ ਨਾਲ ਚਾਹ ਮਿਲੂਗੀ ਕਦੇ ਉਦੋਂ ਲਿਖਿਆ ਸੀ ਫਿਰ ਮੈਂ ਕਹਿੰਦਾ ਮੈਨੂੰ ਚਾਹ ਦਾ ਜ਼ਿਆਦਾ ਸ਼ੌਂਕ ਨਹੀਂ ਪਰ ਤੇਰੇ ਕਰਕੇ ਚਾਹ ਦਾ ਚਾਏ ਮੈਨੂੰ ਚਾਹ ਦਾ ਜ਼ਿਆਦਾ ਸ਼ੌਂਕ ਨਹੀਂ ਪਰ ਤੇਰੇ ਕਰਕੇ ਚਾਹ ਦਾ ਚਾਏ ਤੂੰ ਵੀ ਮਿੱਠੀ ਖੰਡ ਦੀ ਡਲੀ ਵਰਗੀ ਜਿਵੇਂ ਮਿੱਠਾ ਕੋਈ ਇਸ਼ਕ ਦਾ ਰਾਹ ਏ ਹੁਣ ਦਿਨ ਵੀ ਸੋਹਣਾ ਤੇ ਰਾਤ ਵੀ ਸੋਹਣੀ ਹੁਣ ਦਿਨ ਵੀ ਸੋਹਣਾ ਤੇ ਰਾਤ ਵੀ ਸੋਹਣੀ ਤੇ ਸਭ ਤੋਂ ਸੋਹਣੀ ਇਹ ਸ਼ਾਮ ਏ ਜੇ ਮੇਰੇ ਤੋਂ ਪੁੱਛੇ ਸਕੂਨ ਕੀ ਹੈ ਤਾਂ ਉਹ ਤੇਰੇ ਮੇਰੇ ਲਈ ਤੇਰਾ ਨਾਂ ਸੀ ਛੋਟਾ ਜਿਹਾ ਗਾਣਾ ਲਿਖਿਆ ਸੀ ਉਹ ਸੁਣਾ ਦਿੰਦਾ ਇੱਕ ਦੋ ਲੈਣ ਇਹ ਗੱਲ ਕਹਿ ਵੀ ਮੈਨੂੰ ਉਡੀਕ ਹੈ ਕਿ ਤੈਨੂੰ ਇਸ਼ਕ ਹੋਵੇ ਤੇ ਹੁਣ ਇਸ਼ਕ ਮੇਰੇ ਨਾਲ ਠੀਕ ਹੈ ਬੜਾ ਚਿਰ ਹੋਇਆ ਮੈਂ ਦੇਖਦਾ ਸੀ ਤੈਨੂੰ ਮੇਰੀਆਂ ਅੱਖਾਂ ਵਿੱਚੋਂ ਦੀ ਤੇਰਾ ਭੋਲਾ ਜਿਹਾ ਉਹ ਚਿਹਰਾ ਨੀ ਮੇਰੀ ਘੱਟ ਲੈਂਦਾ ਉਹ ਜਾਣੀ ਅੱਖਾਂ ਵਿੱਚਾਂ ਤਾਂ ਮੈਨੂੰ ਤੂੰ ਦਿਸੇ ਅੱਖਾਂ ਖੋਲਾਂ ਜੇ ਕਰੀਦੀ ਦੋਵੇ ਝੂਠੇ ਜੇ ਜਹਾਨ ਬਿਨਾਂ ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ ਮੈਂ ਹੋਵਾਂ ਇੱਕ ਤੂੰ ਹੋਵੇਂ ਹਰ ਨਹੀਂ ਹੁੰਦਾ ਮੇਰੇ ਤੋਂ ਜਜ਼ਬਾਤ ਮੇਰੇ ਤੇਰੇ ਲਈ ਜੁੜੇ ਮੈਨੂੰ ਉਡੀਕਿਆ ਤੈਨੂੰ ਇਸ਼ਕ ਹੋਵੇ ਤੇ ਹੁਣ ਇਸ਼ਕ ਹੋਵੇ ਮੇਰੇ ਨਾਲ ਤੁਰੇ ਇਸ਼ਕ ਹੋਵੇ ਮੇਰੇ ਨਾਲ ਤੁਰੇ ਧੰਨਵਾਦ ਜੀ
क्योंकि फैमिली होना ना होना अपने हाथ च नहीं है, ये परमात्मा ने तय करना कि फैमिली अपनी होगी या नहीं होगी। तो पैसा पैसा कोई चीज़ नहीं हैगी, आप कदे भी कमा सकते हैं, तो ये हो सकता कि अपने को बहुत सारा पैसा हो कल ना हो। सो सब तो ज़्यादा जरूरी बंदे का कुछ सेहतमंद होना, तो अपने फैमिली लिए परमात्मा अगर अरदास करना भी साड़ी फैमिली चंगी सेहतमंद रहे। तो सब तो उपर परमात्मा सेहत बख्शे, उस तो बाद पर फैमिली ते पैसा वो तुसी मंगना नहीं कमाओ। मार देंगे।